15 ਅਗਸਤ ਅਤੇ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਕਿਤੇ ਨਾ ਕਿਤੇ ਕੋਈ ਧਮਕੀ ਭਰਿਆ ਖਤ ਜ਼ਰੂਰ ਆ ਜਾਂਦਾ। ਇਸੇ ਤਰ੍ਹਾਂ ਹੁਣ ਫਿਰੋਜ਼ਪੁਰ ਵਿੱਚ ਵੀ ਐਸਾ ਹੀ ਖਤ ਵੇਖਣ ਨੂੰ ਮਿਲਿਆ। ਦੱਸ ਦਈਏ ਕਿ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਦੇ ਦਫ਼ਤਰ ਨੂੰ ਇੱਕ ਖਤ ਭੇਜਿਆ ਗਿਆ ਜਿਸ ਵਿੱਚ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਅਲਰਟ ਹੋ ਗਈ ਹੈ ਅਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਰੇਲ ਗੱਡੀਆਂ ਦੇ ਵਿੱਚ ਚੈਕਿੰਗ ਦੇ ਨਾਲ ਨਾਲ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਵੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ। ਚੈਕਿੰਗ ਤਾਂ ਰੂਟੀਨ 'ਚ ਵੀ ਹਰ ਰੋਜ਼ ਕੀਤੀ ਜਾਂਦੀ ਹੈ, ਪਰ ਅੱਜ ਇੱਕ DRM ਆਫਿਸ 'ਚ ਥ੍ਰੈਟ ਆਇਆ ਸੀਗਾ, ਉਹਦੇ ਕਰਕੇ ਹੋਰ ਚੈਕਿੰਗ ਵਧਾ ਦਿੱਤੀ। ਸਰ ਕੀ ਥ੍ਰੈਟ ਹੈਗਾ ਸੀ? ਇਹ ਆਇਆ ਸੀ ਰੇਲਵੇ ਸਟੇਸ਼ਨ ਤਲਵੰਡੀ 'ਤੇ ਗੇਟ ਹੈ ਵੀ ਉੱਥੇ ਅਸੀਂ ਗੱਡੀ ਉਡਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ, ਇਹਦੇ ਸੰਬੰਧਿਤ ਸਾਰੇ ਪਾਸੇ ਚੈਕਿੰਗ ਕਰਾਂਗੇ। ਇਹ ਕੋਈ ਟਰੱਕ ਟਰੁੱਕ ਲਾ ਕੇ ਜਿਹੜੇ ਉਡਾਉਣ ਦੀ ਗੱਲ? ਹਾਂ, ਟਰੱਕ ਬਾਰੇ ਲਿਖਿਆ ਹੋਇਆ ਉਹਨਾਂ ਨੇ, ਟਰੱਕ ਬਾਰੇ ਲਿਖਿਆ ਹੋਇਆ, ਕਾਗਜ਼ 'ਤੇ ਲਿਖਿਆ ਛੋਟੇ ਜਿਹੇ। ਅਤੇ ਸਰ ਕੀ ਚੈਕਿੰਗ ਕੀਤੀ ਜਾ ਰਹੀ ਹੈ ਇੱਥੇ? ਟ੍ਰੇਨਾਂ ਦੀ ਆਉਣ ਜਾਣ ਦੀ ਟਰੈਕ, ਸਰਕੂਲੇਟਿੰਗ ਏਰੀਆ, ਪਲੇਟਫਾਰਮ, ਸਾਰੇ ਤਰ੍ਹਾਂ ਦੀ ਚੈਕਿੰਗ। ਜੇਕਰ ਗੱਲ ਪਠਾਨਕੋਟ ਦੀ ਕਰੀਏ ਤਾਂ 15 ਅਗਸਤ ਦੇ ਚੱਲਦਿਆਂ ਪਠਾਨਕੋਟ 'ਚ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਬੱਸ ਸਟੈਂਡ ਤੋਂ ਲੈ ਕੇ ਰੇਲਵੇ ਸਟੇਸ਼ਨਾਂ ਤੱਕ ਅਤੇ ਭੀੜ ਭਾੜ ਦੇ ਹੋਰ ਇਲਾਕਿਆਂ ਵਿੱਚ ਸੁਰੱਖਿਆ ਕਰਮਚਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਇਲਾਕੇ ਦੇ ਸਾਰੇ CCTV ਕੈਮਰਿਆਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਮਾਨਯੋਗ ਕੈਬਨਿਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ, ਚੀਫ ਗੈਸਟ ਨੇ ਇਸ ਬਾਰੇ ਅਤੇ ਸਾਰੇ ਡਿਪਾਰਟਮੈਂਟਸ ਦੇ ਆਫਿਸਰ ਨੇ ਆਪ ਦੀ ਆਪਰੇਸ਼ਨ ਬਾਰੇ ਦੱਸਿਆ ਅਤੇ ਜਿਹੜੀ ਵੀ ਕਮੀ ਦੋਸ਼ੀ ਉਹਦੇ ਬਾਰੇ ਅਸੀਂ ਵਿਚਾਰ ਵਟਾਂਦਰਾ ਕੀਤਾ ਅਤੇ 13 ਨੂੰ ਸੋਮਵਾਰ ਨੂੰ ਜਿਹੜਾ ਹੈਗਾ ਜਿੱਥੇ ਟਾਈਮ 'ਤੇ ਫੁੱਲ ਰੈਜਿਸਟ੍ਰੇਸ਼ਨ ਬਾਕੀ ਰਿਕੁਆਇਰਮੈਂਟ ਮੌਕੇ ਮੁਤਾਬਿਕ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਅਜਿਹਾ ਧਮਕੀ ਭਰਿਆ ਖੱਤ ਆਇਆ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਖੱਤ ਆਉਂਦੇ ਰਹੇ ਨੇ ਅਤੇ ਪੁਲਿਸ ਅਜਿਹੇ ਅਨਸਰਾਂ ਨਾਲ ਸਖਤੀ ਨਾਲ ਨਿਬੜਦੀ ਵੀ ਰਹੀ ਹੈ। 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਚੈਕਿੰਗ ਜਿਹੜੀ ਹੈ ਰੋਜ਼ਾਨਾ ਹੀ ਚੱਲ ਰਹੀ ਹੈ ਗੱਡੀਆਂ ਦੀ, ਆਉਣ ਜਾਣ ਵਾਲੇ ਮੁਸਾਫਰਾਂ ਦੀ। ਸਾਡੇ ADGP ਸ੍ਰੀ ਰੋਹਿਤ ਚੌਧਰੀ ਰੇਲਵੇ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਰੇ ਸਟੇਸ਼ਨਾਂ 'ਤੇ ਚੈਕਿੰਗ ਚੱਲ ਰਹੀ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਅਤੇ ਪਠਾਨਕੋਟ ਤੋਂ ਲਵਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ।